أعوذ بالله من الشيطان الرجيم. بسم الله الرحمن الرحيم. اے حبیب پاک آکھو اپنے رب دے نام نو جو سب تو اونچا ہے، جس پیدا کیتا تے خوب بنایا، تے جن تقدیر مٹھی پھر راہ دسیا، تے جن کڈیا چارا پھر کر دتا اس نو کوڑا کالا، ہنے پڑھاواں گے تینو پھر تینو نہ بھلے گا، اب جو چاہے اللہ ਉਹ ਜ਼ਰੂਰ ਜਾਣਦਾ ਹੈ ਜ਼ਾਹਿਰ ਨੂੰ ਤੇ ਉਸ ਨੂੰ ਜੋ ਛੁਪਿਆ ਹੈ। ਅਸੀਂ ਤੌਫੀਕ ਦੇਵਾਂਗੇ ਤੈਨੂੰ ਆਸਾਨ ਤਰੀਕੇ ਦੀ। ਉਹ ਮਤ ਦੇ ਜੇਕਰ ਨਫ਼ਾ ਦੇ ਮਤ ਦੇਣਾ। ਹੁਣੇ ਮਤ ਲੈ ਲੇਗਾ ਜਿਹੜਾ ਡਰਦਾ ਹੈ, ਕਿਨਾਰੇ ਹੋ ਰਹੇਗਾ ਉਸ ਮਤ ਤੋਂ ਵੱਡਾ ਬਦਬਖਤ, ਪੈਣਾ ਵੱਡੀ ਅੱਗ ਵਿੱਚ, ਨਾ ਮਰੇਗਾ ਉੱਥੇ ਤੇ ਨਾ ਜੀਵੇਗਾ। ਹਾਲ ਹੋ ਗਿਆ ਜਿਹੜਾ ਪਾਕ ਹੋਇਆ ਤੇ ਯਾਦ ਕੀਤਾ ਨਾਮ ਆਪਣੇ ਰੱਬ ਦਾ, ਫਿਰ ਨਮਾਜ਼ ਪੜ੍ਹੀ। ਸਗੋਂ ਤੁਸੀਂ ਲੋਕ ਅੱਗੇ ਧਰਦੇ ਹੋ ਜਿਉਣਾ ਦੁਨੀਆਂ ਦਾ, ਹਾਲਾਂਕਿ ਆਖਰਤ ਚੰਗੀ ਹੈ ਤੇ ਬਾਕੀ ਰਹਿਣ ਵਾਲੀ। ਇਹ ਕੁਝ ਜ਼ਰੂਰ ਲਿਖਿਆ ਪਹਿਲੀਆਂ ਸਹੀਫਿਆਂ ਵਿੱਚ, ਇਬਰਾਹੀਮ ਤੇ ਮੂਸਾ ਦੇ ਸਹੀਫਿਆਂ ਵਿੱਚ।